मलेरकोटला में कुक्का समुदाय के शहीदी दिवस के अवसर पर पंजाब सरकार द्वारा श्री सदगुरु उदय सिंह जी के नेतृत्व में राज्य स्तरीय समारोह में सिख कुक्का शहीदी की याद में नामकरण किया गया, जिसमें पंजाब सरकार के कैबिनेट मंत्री अमन अरोड़ा, मलेरकोटला के विधायक डॉक्टर जमील उर रहमान और विधानसभा के क्षेत्रीय अमरगढ़ के विधायक प्रोफेसर जसवंत सिंह गजनमाजरा भी वहां पर पहुंचे और उन्होंने शहीदों को श्रद्धांजलि दी। अमन अरोड़ा ने कहा कि आज हमें इन शहीदों के पद चिन्हों पर चलने की जरूरत है। उन्होंने उपायुक्त मलेरकोटला को भी अवैध निर्माण और अवैध कब्जे को लेकर सख्त हिदायत देते हुए कहा। देखो, मैं समझदा कि यह वह पावन पवित्र धरती है जिस धरती के उपर 66 योध्या तोपां अगे खड़ा करके शहीद कर दिता सीगा अंग्रेज़ों ने, और सतगुरु राम सिंह जी महाराज की सोच के उपर चलते हुए देश कौम नू गऊ गरीब नू बचाउण दे लई उन्होंने शहादत प्राप्त की, और उत्थों ही समुचे देश दे विच आज़ादी पाउण दी जिहड़ी होका सीगा जिहड़ा एक चंगारी सीगी उस तो बाद ही शुरू हुई है। मैं समझदा कि इहो जिहे इस पवित्र धरती नू जिन्ना सजदा कर लिए उन्ना थोड़ा, और अज दे इस पावन पवित्र मौके दे उपर पंजाब दे मुख्यमंत्री भगवंत मान जी ने खुद आना सीगा और कुछ अजिवें करके नहीं आ सके। मैनू ड्यूटी लगाई है हंसपाल जी, असी सारे इकट्ठे हो के इस पवित्र धरती नू सजदा करन लई पहुंचे। सर, नजायज़ उसारियां संबंधी तुहाडा कि लैटर जारी हो सरकार दा 10-1 नूं कि नजायज़ उसारियां जिहड़ियां हो रहियां नूं बंद कीतियां जाण, उन्हां दे खिलाफ़ कार्रवाई करे, पर मलेरकोटले हजे चल रही है नजायज़ उसारियां ते नजायज़ कब्जे, नजायज़ कब्जे और उन्हां दे आर्डर भी कीते होण ढंग ते नहीं हो रहे। म्युनिसिपैलिटी मलेरकोटले दी बिल्कुल नाकाम आई उस टॉपिक दे उपर। कमेटी दे अंदर दा सारी कमेटी दे म्युनिसिपैलिटी कोई नहीं, ये तुसीं ਚੰਗਾ ਕੀਤਾ ਮੈਂ ਦੱਸਦਾ ਜੀ ਕੋਈ ਇਹੋ ਜਿਹਾ ਹੈਗਾ ਡੀ ਸਾਹਿਬ ਕਿਤੇ ਐਪਲੀਕੇਸ਼ਨ ਦੇਣ ਦੇ ਬਾਵਜੂਦ ਕੋਈ ਨਹੀਂ ਕੋਈ ਤੁਸੀਂ ਦੱਸਦਾ ਸੁਣੋ ਜਿਹੜਾ ਤੁਸੀਂ ਜਿੱਥੇ ਵੀ ਹੈ ਜੀ ਵੈਰੀ 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 ਕਲੀਅਰ ਠੀਕ ਹੈ ਨਾ, ਕੋਈ ਨਜਾਇਜ਼ ਸਾਰੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈਗੀ। ਅਸੀਂ ਅਫੋਰਡੇਬਲ ਹਾਊਸਿੰਗ ਦੀ ਪੋਲਿਸੀ ਹੈ ਜਿਹੜੀ ਉਹ ਇੰਨੀ ਕੁ ਸੌਖੀ ਸਰਲ ਕਰ ਦਿੱਤੀ ਔਰ ਡਿਵੈਲਪਰਸ ਦੀ ਇੱਛਾ ਮੁਤਾਬਕ ਕਰ ਦਿੱਤੀ, ਉਹਨਾਂ ਦੇ ਕਹੇ ਮੁਤਾਬਕ ਕਰ ਦਿੱਤੀ। ਉਹ ਇਸੇ ਕਰਕੇ ਕੀਤੀ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਲੀਗਲ 14,000 ਕਲੋਨੀਆਂ ਦਾ ਇੱਕ ਅਰਬਨ ਜੰਗਲ ਖੜ੍ਹਾ ਹੋ ਚੁੱਕਿਆ, ਉਸ ਗਲਤ ਟਰੈਂਡ ਨੂੰ ਠੱਲ ਪਾਈਏ। ਸੋ ਇਸ ਕਰਕੇ ਜਿਹਨੇ ਕਿਸੇ ਨੇ ਕਲੋਨੀ ਕੱਟਣੀ ਹੈ ਉਹ ਅਫੋਰਡੇਬਲ ਦੇ ਵਿੱਚ ਕੱਟੇ, ਪਰਮਿਸ਼ਨ ਦੇ ਸਾਰੀਆਂ ਜਿਹੜੀਆਂ ਉਹ ਟਾਈਮ ਬਾਉਂਡ ਤਰੀਕੇ ਨਾਲ ਮਿਲਣਗੀਆਂ, ਪਰ ਨਜਾਇਜ਼ ਉਸਾਰੀ ਹੈ ਜਿਹੜੀ ਉਹ ਚਾਹੇ ਵਿਦ ਇਨ ਮਿਊਂਸੀਪਲ ਲਿਮਿਟ ਹੈ ਚਾਹੇ ਆਊਟਸਾਈਡ ਮਿਊਂਸੀਪਲ ਲਿਮਿਟ ਹੈ, ਉਹ ਅਨਰੋਲ ਨਹੀਂ ਕੀਤਾ ਜਾਏਗਾ, ਉਹਨੂੰ ਇੱਕਦਮ ਸਖ਼ਤ ਐਕਸ਼ਨ ਲਓ ਜੀ। ਸਰ, ਜਿਹੜੀ ਨੋਟ ਜਾਰੀ ਕਰਦਾ ਇਹ ਤਾਂ ਉਹਨਾਂ ਦੀ ਕਾਂਗਰਸ ਪਾਰਟੀ ਦੀ ਆਪਦਾ ਪ੍ਰੋਗਰਾਮ ਹੈ ਜੀ ਉਹਨਾਂ ਦਾ, ਇਹਦੇ ਬਾਰੇ ਮੈਂ ਤਾਂ ਕੀ ਕਹਿਣਾ। ਮੈਂ ਤਾਂ ਦੇਖਦਾ ਲੋਕਾਂ ਦਾ ਕੀ ਕਹਿ ਰਹੇ, ਜਿਵੇਂ ਉਹ ਕਹਿ ਰਹੇ ਨੇ ਭਾਰੀ ਸਮਰਥਨ ਮਿਲ ਰਿਹਾ। ਦੇਖੋ, ਭਾਰੀ ਸਮਰਥਨ ਤਾਂ ਤੁਸੀਂ ਯਾਤਰਾਵਾਂ ਦੇ ਨਾਲ, ਤੁਸੀਂ ਪਾਰਟੀ ਸਟਰੋਂਗ ਨਹੀਂ ਹੁੰਦੀ ਹੁੰਦੀ ਜੀ, ਪਾਰਟੀ ਸਟਰੋਂਗ ਹੁੰਦੀ ਹੈ ਆਈਡੀਓਲੋਜੀ ਦੇ ਨਾਲ, ਪਾਰਟੀ ਸਟਰੋਂਗ ਹੁੰਦੀ ਹੈ ਪ੍ਰਿੰਸੀਪਲਸ ਦੇ ਨਾਲ, ਪਾਰਟੀ ਸਟਰੋਂਗ ਹੁੰਦੀ ਹੈ ਪੋਲਿਸੀਜ਼ ਦੇ ਨਾਲ, ਪਾਰਟੀ ਸਟਰੋਂਗ ਹੁੰਦੀ ਹੈ ਗੁੱਡ ਗਵਰਨੈਂਸ ਦੇ ਨਾਲ। ਇਹੋ ਜਿਹੀਆਂ ਯਾਤਰਾ ਤਾਂ ਠੀਕ ਹੈ, ਇੱਕ ਵਾਰੀ ਜਿੱਥੋਂ ਰਾਹੁਲ ਜੀ ਨਿਕਲ ਜਾਂਦੇ ਨੇ ਉੱਥੇ ਸ਼ਾਇਦ ਇਕੱਠ ਹੋ ਜਾਂਦਾ, ਪਰ ਪਿੱਛੇ ਸੰਭਾਲਣ ਵਾਲਾ ਵੀ ਤਾਂ ਕੋਈ ਚਾਹੀਦਾ, ਸੰਭਾਲਣ ਵਾਲੇ ਤਾਂ ਕੰਮ ਜਿਹੜਾ ਕਾਂਗਰਸ ਦਾ ਮੁੱਕ ਗਿਆ। ਮੰਤਰੀ ਜੀ ਜਿਹੜੀ ਆਪ ਸਰਕਾਰ ਹੈ ਉਹ ਭ੍ਰਿਸ਼ਟਾਚਾਰ ਦੇ ਹਮੇਸ਼ਾ ਖਿਲਾਫ ਰਹੀ ਹੈ, ਪੰਜਾਬ ਵਕਫ ਬੋਰਡ 'ਚ ਇੱਕ ਖੁੱਲ੍ਹਾ ਆਪਣੇ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਉਹਦੀ ਕੰਪਲੇਂਟਾਂ ਵੀ ਵਿਜੀਲੈਂਸ 'ਚ ਜਾ ਚੁੱਕੀਆਂ, ਲੇਕਿਨ ਕੁਛ ਨਹੀਂ ਹੋਇਆ ਅਜੇ ਤੱਕ। ਕੀ ਗੱਲ, ਸਰਕਾਰ ਇਸ ਗੱਲ 'ਤੇ ਖਾਮੋਸ਼ ਕਿਉਂ ਕਿਉਂ ਹੈ? ਨਹੀਂ, ਮੈਨੂੰ ਦੇਖੋ ਤੁਹਾਡੇ ਤੋਂ ਪਤਾ ਲੱਗ ਰਿਹਾ ਜੀ, ਮੇਰੀ ਗੱਲ ਨੂੰ ਸਮਝੋ ਕੁਣ ਭਾਈ ਸਾਹਿਬ, ਇਕੱਲੀ ਕਿਸੇ ਪਰਟੀਕੁਲਰ ਇੰਸੀਡੈਂਟ ਦਾ ਤਾਂ ਮੈਨੂੰ ਇਹ ਮੂੰਹ ਜਵਾਨੀ ਯਾਦ ਨਹੀਂ ਨਾ ਹੋ ਸਕਦਾ ਹੈਗਾ। ਉਹ ਜਿਹੜਾ ਵੀ ਕੋਈ ਇੰਸੀਡੈਂਟ ਹੈਗਾ, ਕੋਈ ਪਰਟੀਕੁਲਰ ਇਸ਼ੂ ਹੈਗਾ, ਉਹ ਤੁਸੀਂ MLA ਸਾਹਿਬ ਨੂੰ, ਤੁਸੀਂ DC ਸਾਹਿਬ ਨੂੰ ਧਿਆਨ 'ਚ ਲਿਆ ਦਿਓ, ਮੈਨੂੰ ਭੇਜ ਦਿਓ, ਠੀਕ ਹੈ ਨਾ। ਜੇ ਕੋਈ ਕਿਸੇ ਵੀ ਲੈਵਲ ਦੇ ਉੱਪਰ ਇਹੋ ਜਿਹੀ ਕੁਤਾਹੀ ਹੋਈ ਹੈ ਜਿੱਥੇ ਕਿਸੇ ਭ੍ਰਿਸ਼ਟ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਹੈ ਜਾਂ ਕੋਈ ਮੈਲ ਪ੍ਰੈਕਟਿਸ ਹੋਈ ਹੈ, ਉਹ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਹੈ ਸਾਡੀ।